ਪਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਪਰਿਵਾਰ ਦਾ ਮੁਖੀ ਹੋਣ ਦੇ ਕਰਕੇ, ਪਾਰਟੀ ਦਾ ਮੁਖੀ ਹੋਣ ਕਰਕੇ ਉਹਨਾਂ ਨੇ ਕਿਹਾ ਕਿ ਇਹ ਕੂੜ ਪ੍ਰਚਾਰ ਦਾ ਅੰਤ ਕਰੀਏ, ਪੰਜਾਬ ਨੂੰ ਨੁਕਸਾਨ ਹੋ ਰਿਹਾ, ਸਾਰਾ ਕੁਛ ਮੇਰੀ ਝੋਲੀ ਪਾ ਦਿਓ। ਔਰ ਜੋ ਸਪਸ਼ਟੀਕਰਨ ਦਿੱਤਾ ਉਹ ਵੀ ਬਤੌਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਦਿੱਤਾ, ਕੋਈ ਨਿੱਜੀ ਹੈਸੀਅਤ 'ਚ ਨਹੀਂ ਦਿੱਤਾ। ਹਾਲਾਂਕਿ ਜ਼ਿੰਮੇਵਾਰ ਜਿਹੜੀਆਂ ਗੱਲਾਂ ਦੇ ਉਹ ਲੋਕ ਵੀ ਨੇ ਜਿਹੜੇ ਚਿੱਠੀ ਲੈ ਕੇ ਖੜ੍ਹੇ ਨੇ। ਵਰਕਿੰਗ ਕਮੇਟੀ ਦੀ ਬੈਠਕ ਦੇ ਵਿੱਚ ਬਿਲਕੁਲ ਇੱਕ ਸੁਰਤਾ ਰਹੀ, ਇੱਕ ਵੀ ਬੰਦੇ ਦਾ ਡਾਇਵਰਜੈਂਟ ਓਪੀਨੀਅਨ ਆਇਆ ਹੀ ਨਹੀਂ। ਸਾਰੀ ਪਾਰਟੀ ਨੇ ਇੱਕ ਸੁਰ ਦੇ ਵਿੱਚ ਆਪਣਾ ਜਿਹੜਾ ਫੈਸਲਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਹੈ ਬਲਵਿੰਦਰ ਭੁੰਦੜ ਸਾਹਿਬ, ਉਹਨਾਂ ਨੂੰ ਸੁਣਾਇਆ। ਜ਼ਿਮਨੀ ਚੋਣਾਂ ਨਾ ਲੜਨਾ ਅਕਾਲੀ ਦਲ ਦਾ ਫੈਸਲਾ ਸਾਹਮਣੇ ਆਇਆ, ਲਗਾਤਾਰ ਪਿਛਲੇ ਦਿਨਾਂ ਤੋਂ ਬਾਗੀ ਧੜਾ ਇੱਕ ਬਣ ਕੇ ਖੜ ਗਿਆ। ਇਦੋਂ ਪਹਿਲਾਂ ਝੁੰਦਾ ਕਮੇਟੀ ਦੇ ਵਿੱਚ ਵੀ ਇਹ ਸਵਾਲ ਜਿਹੜੇ ਚੁੱਕੇ ਗਏ ਨੇ। ਉਸ ਸਮੇਂ ਕਦੇ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਅਸਤੀਫੇ ਦਾ ਜ਼ਿਕਰ ਵੀ ਨਹੀਂ ਕੀਤਾ ਗਿਆ, ਅਤੇ ਇੱਕਦਮ ਇਸ ਤਰ੍ਹਾਂ ਅਸਤੀਫਾ ਦੇਣਾ ਸਭ ਕੋਈ ਇਸ ਸਮੇਂ ਕਾਰਨ ਲੱਭ ਰਿਹਾ। ਵਿਰੋਧੀ ਧਿਰਾਂ ਦੇ ਵੀ ਸਵਾਲ ਨੇ ਕਿ ਕੀ ਕਾਰਨ। ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਬਹੁਤ ਵਾਰ ਪੇਸ਼ਕਸ਼ ਕੀਤੀ ਹੈ ਪਾਰਟੀ ਪਲੇਟਫਾਰਮ 'ਤੇ, ਉਹਨਾਂ ਨੇ ਅਸਤੀਫੇ ਦੀ ਬਹੁਤ ਵਾਰ ਪੇਸ਼ਕਸ਼ ਕੀਤੀ ਹੈ ਕਿ ਅਗਰ ਮੈਂ ਪ੍ਰਧਾਨ ਦੇ ਤੌਰ 'ਤੇ ਤੁਹਾਨੂੰ ਲੱਗਦਾ ਹੈ ਕਿ ਮੇਰੀ ਜਿਹੜੀ ਗਤੀਵਿਧੀਆਂ ਨੇ ਜਾਂ ਮੇਰਾ ਜੋ ਕਾਰਜਕਾਲ ਉਹ ਸਹੀ ਨਹੀਂ, ਉਹਨਾਂ ਨੇ ਆਪਣੇ ਅਸਤੀਫੇ ਦੀ ਪੇਸ਼ਕਸ਼ ਕੀਤੀ ਔਰ ਹਮੇਸ਼ਾ ਕੋਰ ਕਮੇਟੀ, ਵਰਕਿੰਗ ਕਮੇਟੀ ਉਹਨਾਂ ਦਾ ਅਸਤੀਫਾ ਨਕਾਰ ਦੇ ਰਹੀ ਹੈ। ਇਸ ਵਾਰ ਪਹਿਲੀ ਵਾਰੀ ਹੋਇਆ ਕਿ ਉਹਨਾਂ ਨੇ ਪਬਲਿਕ ਪਲੇਟਫਾਰਮ 'ਤੇ ਆਪਣਾ ਅਸਤੀਫਾ ਦਿੱਤਾ, ਜਿਹਦੇ ਕਰਕੇ ਅੱਜ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਈ ਗਈ ਔਰ ਉਹਨਾਂ ਨੇ ਸਾਬਤ ਕਰਤਾ ਕਿ ਉਹਨਾਂ ਨੂੰ ਅਹੁਦੇ ਦਾ ਕੋਈ ਮੋਹ ਨਹੀਂ ਹੈਗਾ। ਕਿ ਸੁਖਬੀਰ ਬਾਦਲ ਦੇ ਅਸਤੀਫੇ ਦੇ ਪਿੱਛੇ ਹੱਥ ਸਿੱਧੇ ਤੌਰ 'ਤੇ ਬੀਜੇਪੀ ਦਾ ਹੈ ਅਤੇ ਅਕਾਲੀ ਦਲ ਬੀਜੇਪੀ ਦੇ ਹਿਸਾਬ ਨਾਲ ਚੱਲ ਰਹੀ ਹੈ, ਉਸ ਦੇ ਵਿੱਚ ਕਿੰਨਾ ਕੁ ਸੱਚ ਹੈ? ਜਿਹੜੇ ਲੋਕ ਸੁਖਬੀਰ ਬਾਦਲ ਸਾਹਿਬ ਦਾ ਅਸਤੀਫਾ ਮੰਗਦੇ ਨੇ ਉਹ ਬੀਜੇਪੀ ਦੇ ਇਸ਼ਾਰੇ 'ਤੇ ਚੱਲ ਰਹੇ ਨੇ, ਔਰ ਉਹ ਕੌਣ ਨੇ ਸਾਰਿਆਂ ਨੂੰ ਪਤਾ, ਜਿਹੜੇ ਬੀਜੇਪੀ ਲਈ ਪ੍ਰਚਾਰ ਕਰਨ ਜਾਂਦੇ ਨੇ, ਜਿਹੜੇ ਬੀਜੇਪੀ ਦੀ ਮਦਦ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜਦੇ ਨੇ। ਹਾਲਾਂਕਿ ਪੰਥ ਨੇ ਬਹੁਤ ਨਕਾਰਿਆ ਉਹਨਾਂ ਨੂੰ, ਪਰ ਇਕੱਲਾ ਨਕਾਰਿਆ ਹੀ ਨਹੀਂ, ਚੰਗੇ ਤਰੀਕੇ ਦੇ ਨਾਲ ਧੂੜ ਚਟਾਤੀ ਪੰਥ ਨੇ। ਸੁਖਬੀਰ ਬਾਦਲ ਦੇ ਵੱਲੋਂ 2 ਦਿਨ ਪਹਿਲਾਂ ਅਸਤੀਫਾ ਦਿੱਤਾ ਗਿਆ, ਉਹਨਾਂ ਨੇ ਆਪਣੀ ਪ੍ਰਧਾਨਗੀ ਦੇ ਅਹੁਦੇ ਤੋਂ ਜਿਹੜਾ ਅਸਤੀਫਾ ਦਿੱਤਾ ਸੀ, ਇਸ ਤੋਂ ਬਾਅਦ ਪੂਰੀ ਸਿਆਸਤ ਦਾ ਰੁਖ ਹੀ ਬਦਲ ਗਿਆ। ਜ਼ਿਮਨੀ ਚੋਣਾਂ ਤੋਂ ਇਹ ਅਸਤੀਫੇ ਤੋਂ ਬਾਅਦ ਇੱਕ ਐਮਰਜੈਂਸੀ ਮੀਟਿੰਗ ਅਕਾਲੀ ਦਲ ਦੇ ਵੱਲੋਂ ਬੁਲਾਈ ਗਈ ਸੀ, ਉਸ ਮੀਟਿੰਗ ਦੇ ਵਿੱਚ ਕੀ ਚਰਚਾਵਾਂ ਰਹੀਆਂ, ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਦਾ ਕੀ ਕਦਮ ਰਹਿ ਗਿਆ, ਇਹਨਾਂ ਤਮਾਮ ਚੀਜ਼ਾਂ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਅਰਸ਼ਦੀਪ ਸਿੰਘ ਕਲੇਰ ਜੀ, ਗੱਲਬਾਤ ਕਰਦੇ ਆ। ਕਲੇਰ ਸਾਹਿਬ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ। ਹੁਣ ਕੀ ਫੈਸਲਾ ਆਇਆ, ਪਹਿਲਾਂ ਤਾਂ ਮੀਟਿੰਗ ਦੇ ਵਿੱਚ ਕੀ ਚਰਚਾਵਾਂ ਰਹੀਆਂ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੇ ਨਵੇਂ ਪ੍ਰਤੀਕਰਮ ਦੇ ਨਾਲ ਅਕਾਲੀ ਦਲ ਸਾਹਮਣੇ ਆਵੇਗੀ? ਦੇਖੋ, ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਬਤੌਰ ਪ੍ਰਧਾਨ ਜਿਹੜਾ ਕਾਰਜਕਾਲ ਆ ਬੜਾ ਸ਼ਲਾਘਾਯੋਗ ਰਿਹਾ। 2 ਵਾਰ ਇਹਨਾਂ ਦੀ ਪ੍ਰਧਾਨਗੀ ਦੇ ਵਿੱਚ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ ਔਰ ਬਤੌਰ ਡਿਪਟੀ ਮੁੱਖ ਮੰਤਰੀ ਇੱਕ ਵਿਜ਼ਨਰੀ ਲੀਡਰ ਹੋਣ ਦਾ ਉਹਨਾਂ ਨੇ ਸਬੂਤ ਦਿੱਤਾ। ਤੁਸੀਂ ਪੰਜਾਬ ਦੇ ਵੱਡੇ ਹਾਈਵੇ ਦੇਖ ਲਓ, ਪਾਵਰ ਸਰਪਲਸ ਸੂਬਾ ਉਹਨਾਂ ਕਰਕੇ ਹੈ, ਪੰਜਾਬ ਏਅਰਪੋਰਟ ਉਹਨਾਂ ਨੇ ਬਣਾਏ, PGI ਏਮਸ, ਫੋਰਟੀਜ਼ ਮੈਕਸ ਵਰਗੇ ਹਸਪਤਾਲ ਦੇਖ ਲਓ, ਇਨਫੋਇਸਿਸ, ਨਾਈਪਰ, ਆਈਸ਼ਰ ਵਰਗੀ ਇਨਵੈਸਟਮੈਂਟ ਦੇਖ ਲਓ, ਮਾਈ ਭਾਗੋ ਇੰਸਟੀਟਿਊਟ, ਮਹਾਰਾਜਾ ਰਣਜੀਤ ਸਿੰਘ ਅਕੈਡਮੀ, ਮਤਲਬ ਪੰਜਾਬ 'ਚ ਕਿਤੇ ਵੀ ਨਜ਼ਰ ਮਾਰੋਗੇ ਤਾਂ ਅਕਾਲੀ ਦਲ ਦਾ ਵਿਜ਼ਨ ਹੈ, ਹੋਰ ਤੁਹਾਨੂੰ ਕਿਸੇ ਪਾਰਟੀ ਦਾ ਉਰੇ ਕੁਛ ਨਹੀਂ ਦਿਖਣਾ। ਔਰ ਹੁਣ ਸਾਡੇ ਵਿੱਚੋਂ ਹੀ ਕੁਛ ਲੀਡਰ ਬਾਗੀ ਹੋਏ ਜਿਨ੍ਹਾਂ ਨੇ ਜਾ ਕੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਇੱਕ ਸ਼ਿਕਾਇਤ ਦਿੱਤੀ। ਹਾਲਾਂਕਿ ਉਹ ਸ਼ਿਕਾਇਤ ਦੇ ਵਿੱਚ ਜਿਹੜੇ ਤੱਥ ਨੇ ਉਹ ਤੱਥ ਉਹੀ ਨੇ ਜੋ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ਼ ਪ੍ਰਚਾਰ ਹੋ ਰਿਹਾ, ਉਹਦੇ 'ਚ ਕੁਛ ਨਵਾਂ ਨਹੀਂ ਸੀਗਾ। ਪਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਪਰਿਵਾਰ ਦਾ ਮੁਖੀ ਹੋਣ ਦੇ ਕਰਕੇ, ਪਾਰਟੀ ਦਾ ਮੁਖੀ ਹੋਣ ਕਰਕੇ ਉਹਨਾਂ ਨੇ ਕਿਹਾ ਕਿ ਇਹ ਕੂੜ ਪ੍ਰਚਾਰ ਦਾ ਅੰਤ ਕਰੀਏ, ਪੰਜਾਬ ਨੂੰ ਨੁਕਸਾਨ ਹੋ ਰਿਹਾ, ਸਾਰਾ ਕੁਛ ਮੇਰੀ ਝੋਲੀ ਪਾ ਦਿਓ। ਔਰ ਜੋ ਸਪਸ਼ਟੀਕਰਨ ਦਿੱਤਾ ਉਹ ਵੀ ਬਤੌਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਦਿੱਤਾ, ਕੋਈ ਨਿੱਜੀ ਹੈਸੀਅਤ 'ਚ ਨਹੀਂ ਦਿੱਤਾ। ਹਾਲਾਂਕਿ ਜ਼ਿੰਮੇਵਾਰ ਜਿਹੜੀਆਂ ਗੱਲਾਂ ਦੇ ਉਹ ਲੋਕ ਵੀ ਨੇ ਜਿਹੜੇ ਚਿੱਠੀ ਲੈ ਕੇ ਖੜ੍ਹੇ ਨੇ, ਉਹ ਬਰਾਬਰ ਦੇ ਭਾਗੀਦਾਰ ਨੇ। ਅਗਰ ਕੁਛ ਗਲਤੀਆਂ ਕੀਤੀਆਂ ਤਾਂ ਉਹਨਾਂ ਦੀਆਂ ਗਲਤੀਆਂ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੀ ਝੋਲੀ ਪਵਾਈਆਂ ਨੇ, ਪਰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ, ਚੋਣ ਨਹੀਂ ਲੜਨ ਦਿੱਤੀ ਗਈ, ਪ੍ਰਚਾਰ 'ਤੇ ਨਹੀਂ ਜਾਣ ਦਿੱਤਾ ਗਿਆ, ਔਰ ਉਹ ਅਕਾਲ ਤਖਤ ਸਾਹਿਬ ਦਾ ਆਦੇਸ਼ ਸੀ ਕਿ ਬਤੌਰ ਤਨਖਾਹੀਆ ਉਹ ਨਹੀਂ ਜਾ ਸਕਦੇ। ਔਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜੋ ਅਸਤੀਫਾ ਦਿੱਤਾ ਪਿਛਲੇ ਦਿਨੀ,
ਅੱਜ ਉਹਦੇ ਤੇ ਪਾਰਟੀ ਦੀ ਵਰਕਿੰਗ ਕਮੇਟੀ ਦੀ ਬੈਠਕ ਹੋਈ। ਵਰਕਿੰਗ ਕਮੇਟੀ ਦੀ ਬੈਠਕ ਦੇ ਵਿੱਚ ਬਿਲਕੁਲ ਇੱਕ ਸੁਰਤਾ ਰਹੀ, ਇੱਕ ਵੀ ਬੰਦੇ ਦਾ ਡਾਇਵਰਜੈਂਟ ਓਪੀਨੀਅਨ ਆਇਆ ਹੀ ਨਹੀਂ। ਸਾਰੀ ਪਾਰਟੀ ਨੇ ਇੱਕ ਸੁਰ ਦੇ ਵਿੱਚ ਆਪਣਾ ਜਿਹੜਾ ਫੈਸਲਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਹੈ ਬਲਵਿੰਦਰ ਭੁੰਦੜ ਸਾਹਿਬ, ਉਹਨਾਂ ਨੂੰ ਸੁਣਾਇਆ। ਔਰ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕਲੀ ਚੱਲਣ ਵਾਲੀ ਪਾਰਟੀ ਹੈ, ਇਹਦੇ ਫੈਸਲੇ ਡੈਮੋਕ੍ਰੇਟਿਕਲੀ ਹੁੰਦੇ ਨੇ, ਪ੍ਰਧਾਨ ਦੀ ਚੋਣ ਵੀ ਡੈਮੋਕ੍ਰੇਟਿਕਲੀ ਹੁੰਦੀ ਹੈ। ਜਿੱਥੇ ਦੂਜੀਆਂ ਪਾਰਟੀਆਂ ਚਾਹੇ ਬੀਜੇਪੀ ਆਪ ਕਾਂਗਰਸ ਹੋਵੇ, ਇਹਨਾਂ ਦੇ ਪ੍ਰਧਾਨ ਲਿਫਾਫੇ 'ਚੋਂ ਨਿਕਲਦੇ ਨੇ। ਅਕਾਲੀ ਦਲ ਦੇ ਪ੍ਰਧਾਨ ਹਮੇਸ਼ਾ ਚੁਣ ਕੇ ਆਉਂਦੇ ਨੇ, ਉਹ ਪਹਿਲਾਂ ਭਰਤੀ ਹੁੰਦੀ ਹੈ, ਜ਼ਿਲ੍ਹਾ ਡੈਲੀਗੇਟ ਬਣਦੇ, ਸਟੇਟ ਡੈਲੀਗੇਟ ਬਣਦੇ। ਸੋ ਆਪਣੀ ਰਵਾਇਤ ਨੂੰ ਆਪਾਂ ਕਾਇਮ ਰੱਖੀਏ। ਔਰ ਨਿਚਲੇ ਵਰਕਰ ਦਾ ਸੈਂਟੀਮੈਂਟ ਵੀ ਇਸ ਸਮੇਂ ਕਿੰਨਾ ਜ਼ਿਆਦਾ ਹਾਈਟ 'ਤੇ, ਉਹ ਵੀ ਜਿਹੜੀ ਵਰਕਿੰਗ ਕਮੇਟੀ ਹੈ ਜਾਂ ਪ੍ਰਧਾਨ ਸਾਹਿਬ ਉਹਨੂੰ ਵੀ ਸਟੱਡੀ ਕਰਨ। ਔਰ ਉਹ ਸਾਰੇ ਲਈਏ ਹੁਣ ਅਗਲੇ ਦਿਨਾਂ ਦੇ ਵਿੱਚ, ਚਾਹੇ ਸਾਡੇ ਜ਼ਿਲ੍ਹਾ ਜਥੇਦਾਰ ਹੋਣ, ਚਾਹੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੋਣ, ਚਾਹੇ ਸਾਡੇ ਹਲਕਾ ਇੰਚਾਰਜ ਹੋਣ, ਇਹਨਾਂ ਦੀ ਇੱਕ ਮੀਟਿੰਗ ਪਾਰਟੀ ਦਫ਼ਤਰ ਦੇ ਵਿੱਚ ਐਕਟਿੰਗ ਪ੍ਰਧਾਨ ਸਾਹਿਬ ਅਤੇ ਸੀਨੀਅਰ ਲੀਡਰਸ਼ਿਪ ਵੱਲੋਂ ਲਈ ਜਾਊਗੀ। ਔਰ ਉਹ ਸਾਰਿਆਂ ਦੀ ਰਾਏ ਤੋਂ ਬਾਅਦ, ਕਿਉਂਕਿ ਅੱਜ ਵਰਕਿੰਗ ਕਮੇਟੀ ਦੀ ਰਾਏ ਆ ਗਈ ਹੈ, ਹੁਣ ਸਾਰਿਆਂ ਦੀ ਰਾਏ ਤੋਂ ਬਾਅਦ ਹੀ ਇਹਦੇ 'ਤੇ ਫੈਸਲਾ ਕੀਤਾ ਜਾਊਗਾ। ਨਾਲੇ ਕਲੀਅਰ ਸਾਹਿਬ ਦੇਖਣਾ ਹੋਵੇ, ਪਹਿਲਾਂ ਜਿਮਨੀ ਚੋਣਾਂ ਨਾ ਲੜਨਾ ਅਕਾਲੀ ਦਲ ਦਾ ਫੈਸਲਾ ਸਾਹਮਣੇ ਆਇਆ, ਲਗਾਤਾਰ ਪਿਛਲੇ ਦਿਨਾਂ ਤੋਂ ਬਾਗੀ ਧੜਾ ਇੱਕ ਬਣ ਕੇ ਖੜ ਗਿਆ। ਇਦੋਂ ਪਹਿਲਾਂ ਝੁੰਦਾ ਕਮੇਟੀ ਦੇ ਵਿੱਚ ਵੀ ਇਹ ਸਵਾਲ ਜਿਹੜੇ ਚੁੱਕੇ ਗਏ ਨੇ। ਉਸ ਸਮੇਂ ਕਦੇ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਅਸਤੀਫੇ ਦਾ ਜ਼ਿਕਰ ਵੀ ਨਹੀਂ ਕੀਤਾ ਗਿਆ ਅਤੇ ਇੱਕਦਮ ਇਸ ਤਰ੍ਹਾਂ ਅਸਤੀਫਾ ਦੇਣਾ, ਸਭ ਕੋਈ ਇਸ ਸਮੇਂ ਕਾਰਨ ਲੱਭ ਰਿਹਾ। ਵਿਰੋਧੀ ਧਿਰਾਂ ਦੇ ਵੀ ਸਵਾਲ ਨੇ ਕਿ ਕੀ ਕਾਰਨ ਨੇ। ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਬਹੁਤ ਵਾਰ ਪੇਸ਼ਕਸ਼ ਕੀਤੀ ਹੈ ਪਾਰਟੀ ਪਲੈਟਫਾਰਮ 'ਤੇ, ਉਹਨਾਂ ਨੇ ਅਸਤੀਫੇ ਦੀ ਬਹੁਤ ਵਾਰ ਪੇਸ਼ਕਸ਼ ਕੀਤੀ ਹੈ ਕਿ ਅਗਰ ਮੈਂ ਪ੍ਰਧਾਨ ਦੇ ਤੌਰ 'ਤੇ ਤੁਹਾਨੂੰ ਲੱਗਦਾ ਹੈ ਕਿ ਮੇਰੀ ਜਿਹੜੀ ਗਤੀਵਿਧੀਆਂ ਨੇ ਜਾਂ ਮੇਰਾ ਜੋ ਕਾਰਜਕਾਲ ਹੈ ਉਹ ਸਹੀ ਨਹੀਂ, ਉਹਨਾਂ ਨੇ ਆਪਣੇ ਅਸਤੀਫੇ ਦੀ ਪੇਸ਼ਕਸ਼ ਕੀਤੀ। ਔਰ ਹਮੇਸ਼ਾ ਕੋਰ ਕਮੇਟੀ, ਵਰਕਿੰਗ ਕਮੇਟੀ ਉਹਨਾਂ ਦਾ ਅਸਤੀਫਾ ਨਕਾਰਦੀ ਰਹੀ ਹੈ। ਇਸ ਵਾਰ ਪਹਿਲੀ ਵਾਰੀ ਹੋਇਆ ਕਿ ਉਹਨਾਂ ਨੇ ਪਬਲਿਕ ਪਲੈਟਫਾਰਮ 'ਤੇ ਆਪਣਾ ਅਸਤੀਫਾ ਦਿੱਤਾ, ਜਿਹਦੇ ਕਰਕੇ ਅੱਜ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਈ ਗਈ। ਔਰ ਉਹਨਾਂ ਨੇ ਸਾਬਤ ਕਰਤਾ ਕਿ ਉਹਨਾਂ ਨੂੰ ਅਹੁਦੇ ਦਾ ਕੋਈ ਮੋਹ ਨਹੀਂ ਹੈਗਾ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਿੰਨੇ ਫੈਸਲੇ ਅੱਜ ਤੱਕ ਲਏ ਨੇ ਉਹ ਪਾਰਟੀ ਹਿੱਤ, ਪੰਜਾਬ ਹਿੱਤ ਦੇ ਲਈ ਲਏ ਨੇ। ਅੱਜ ਅਗਰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤੁਸੀਂ ਇਕੱਲਿਆਂ ਕਰਕੇ ਨਹੀਂ ਦੇਖ ਸਕਦੇ, ਪਾਰਟੀ ਉਹਨਾਂ ਦੇ ਨਾਲ ਖੜੀ ਹੈ। ਸੋ ਮੈਂ ਜਿੱਦਾਂ ਦੁਬਾਰਾ ਕਹਿਣਾ ਕਿ ਪਾਰਟੀ ਡੈਮੋਕ੍ਰੇਟਿਕਲੀ ਚੱਲਦੀ ਹੈ, ਪਾਰਟੀ ਸਾਰਿਆਂ ਦੀ ਭਾਵਨਾ ਦੇ ਨਾਲ ਚੱਲਦੀ ਹੈ। ਵਰਕਿੰਗ ਕਮੇਟੀ ਦੀ ਬੜੀ ਕਲੀਅਰ ਭਾਵਨਾ ਅੱਜ ਭੁੰਦੜ ਸਾਹਿਬ ਦੇ ਕੋਲ ਆ ਗਈ ਹੈ। ਆਉਣ ਵਾਲੇ ਦਿਨਾਂ 'ਚ ਬਾਕੀ ਦੀ ਸਾਰਿਆਂ ਦੀ ਰਾਏ ਲੈ ਕੇ ਇਸ ਅਸਤੀਫੇ 'ਤੇ ਫੈਸਲਾ ਕੀਤਾ ਜਾਏਗਾ। ਨਾਲ ਹੀ ਵਿਰੋਧੀ ਧਿਰ ਲਗਾਤਾਰ ਸਵਾਲ ਚੁੱਕ ਰਹੇ ਨੇ, ਇੱਕ ਪਾਸੇ ਅਕਾਲੀ ਦਲ ਦਾ ਜਿਮਨੀ ਚੋਣਾਂ ਨਾ ਲੜਨ ਤੇ ਇਹਦੇ ਵੀ ਸਵਾਲ ਚੁੱਕੇ ਜਾ ਰਹੇ, ਦੂਜੇ ਪਾਸੇ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਸੁਖਬੀਰ ਬਾਦਲ ਦੇ ਅਸਤੀਫੇ ਦੇ ਪਿੱਛੇ ਹੱਥ ਸਿੱਧੇ ਤੌਰ ਤੇ ਬੀਜੇਪੀ ਦਾ ਹੈ ਤੇ ਅਕਾਲੀ ਦਲ ਬੀਜੇਪੀ ਦੇ ਹਿਸਾਬ ਨਾਲ ਚੱਲ ਰਹੀ ਹੈ, ਉਸ ਦੇ ਵਿੱਚ ਕਿੰਨਾ ਕੁ ਸੱਚ ਹੈ? ਜਿਹੜੇ ਲੋਕ ਸੁਖਬੀਰ ਬਾਦਲ ਸਾਹਿਬ ਦਾ ਅਸਤੀਫਾ ਮੰਗਦੇ ਨੇ ਉਹ ਬੀਜੇਪੀ ਦੇ ਇਸ਼ਾਰੇ 'ਤੇ ਚੱਲ ਰਹੇ ਨੇ। ਔਰ ਉਹ ਕੌਣ ਨੇ ਸਾਰਿਆਂ ਨੂੰ ਪਤਾ, ਜਿਹੜੇ ਬੀਜੇਪੀ ਲਈ ਪ੍ਰਚਾਰ ਕਰਨ ਜਾਂਦੇ ਨੇ, ਜਿਹੜੇ ਬੀਜੇਪੀ ਦੀ ਮਦਦ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜਦੇ ਨੇ, ਹਾਲਾਂਕਿ ਪੰਥ ਨੇ ਬਹੁਤ ਨਕਾਰਿਆ ਉਹਨਾਂ ਨੂੰ, ਔਰ ਇਕੱਲਾ ਨਕਾਰਿਆ ਹੀ ਨਹੀਂ, ਚੰਗੇ ਤਰੀਕੇ ਦੇ ਨਾਲ ਧੂੜ ਚਟਾਤੀ ਪੰਥ ਨੇ ਕਿ ਜੇ ਬੀਜੇਪੀ RSS ਦੇ ਮਦਦ ਲੈ ਕੇ ਤੁਸੀਂ ਸਾਡੀਆਂ ਸਿੱਖ ਸੰਸਥਾਵਾਂ 'ਤੇ ਕਬਜ਼ਾ ਕਰਨਾ ਚਾਹੋਗੇ ਤਾਂ ਉਹ ਮਨਜ਼ੂਰ ਨਹੀਂ। ਸੋ ਉਹ ਲੋਕ ਬੀਜੇਪੀ ਦੇ ਇਸ਼ਾਰੇ 'ਤੇ ਚੱਲ ਰਹੇ ਨੇ। ਸਾਜਿਸ਼ਾਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ਼ ਮੁੱਢ ਕਦੀਮੋਂ ਹੁੰਦੀਆਂ ਆਈਆਂ ਨੇ, ਕੋਈ ਅੱਜ ਨਹੀਂ ਕਿ ਅੱਜ ਸਾਜਿਸ਼ਾਂ ਸ਼ੁਰੂ ਹੋ ਗਈਆਂ। ਇਹ ਪੰਥ ਦੇ ਖਿਲਾਫ਼, ਇਹ ਖੇਤਰੀ ਪਾਰਟੀ ਦੇ ਖਿਲਾਫ਼, ਇਹ ਪੰਜਾਬ ਦੇ ਖਿਲਾਫ਼ ਸਾਜਿਸ਼ਾਂ ਏਜੰਸੀਆਂ ਦੀਆਂ ਸ਼ੁਰੂ ਤੋਂ ਰਹੀਆਂ ਨੇ, ਉਹ ਅੱਜ ਵੀ ਜਾਰੀ ਨੇ। ਪਰ ਸ਼੍ਰੋਮਣੀ ਅਕਾਲੀ ਦਲ ਇਹ ਹਾਲਾਤਾਂ ਨਾਲ ਲੜਨਾ ਜਾਣਦਾ, ਇਹਨਾਂ 'ਚੋਂ ਨਿਕਲਣਾ ਵੀ ਜਾਣਦਾ। ਅਕਾਲੀ ਦਲ ਦੀ ਵੋਟ ਨੂੰ ਲੈ ਕੇ ਲਗਾਤਾਰ ਸਵਾਲ ਵੀ ਚੁੱਕ ਰਹੇ ਨੇ ਤੇ ਹਰ ਇੱਕ ਪਾਰਟੀ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਅਕਾਲੀ ਦਲ ਵਰਕਰ ਦੀ ਵੋਟ ਉਹਨਾਂ ਨੂੰ ਜਾਵੇ, ਜਿਸ ਨੂੰ ਲੈ ਕੇ ਪ੍ਰਚਾਰ ਵੀ ਜਾਰੀ ਨੇ। ਜੋ ਪ੍ਰਚਾਰ ਕਰਦੇ ਉਹਦੇ ਵਿੱਚ ਵੀ ਬੋਲਦੇ ਆ ਕਿ ਅਕਾਲੀ ਦਲ ਦੇ ਵਰਕਰ ਸਾਡੇ ਨਾਲ ਜੁੜਨ, ਸਾਨੂੰ ਵੋਟ ਕਰਨ, ਕਿਉਂਕਿ ਉਹ ਮੈਦਾਨ 'ਚ ਨਹੀਂ ਉਤਰੀ। ਪਰ ਅਕਾਲੀ ਦਲ ਦੀ ਵੋਟ ਆਖਿਰ ਜਾਵੇਗੀ ਕਿਸ ਨੂੰ? ਦੇਖੋ, ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ, ਪੰਜਾਬ ਦੀ ਰੂਹ ਹੈ, ਪੰਜਾਬ ਦੇ ਪਿੰਡ ਪਿੰਡ ਦੇ ਘਰ ਘਰ ਤੱਕ ਸ਼੍ਰੋਮਣੀ ਅਕਾਲੀ ਦਲ ਬੈਠਾ।
ਔਰ ਬਹੁਤ ਸਿਆਣਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ, ਉਹ ਜਾਣਦਾ ਉਹਨੇ ਕੀ ਫੈਸਲਾ ਲੈਣਾ, ਉਹ ਆਪਣੇ ਮੁਤਾਬਕ ਆਪਣਾ ਚੰਗਾ ਫੈਸਲਾ ਲਏਗਾ ਜੋ ਪਾਰਟੀ ਦੇ ਭਵਿੱਖ ਲਈ ਵੀ ਚੰਗਾ ਹੋਏਗਾ ਅਤੇ ਉਹਦੇ ਲਈ ਵੀ ਚੰਗਾ ਹੋਏਗਾ। ਕੋਈ ਅਜਿਹੀ ਰਣਨੀਤੀ ਜਾਂ ਫਿਰ ਕੋਈ ਵੀ ਅਜਿਹਾ ਫੈਸਲਾ ਪਾਰਟੀ ਦੇ ਹੈੱਡ ਆਫਿਸ ਵੱਲੋਂ ਤਾਂ ਨਹੀਂ ਸੁਣਾਇਆ ਗਿਆ ਵਰਕਰਾਂ ਨੂੰ ਕਿ ਇਸ ਨੂੰ ਵੋਟ ਪਾਉਣੀ? ਵਰਕਰ ਬੇਹੱਦ ਸਿਆਣਾ, ਉਹਨੂੰ ਹੈੱਡ ਆਫਿਸ ਦੇ ਸੰਦੇਸ਼ ਦੀ ਲੋੜ ਨਹੀਂ, ਉਹ ਬੜੇ ਸਿਆਣੇ ਨੇ, ਉਹ ਬੜੇ ਕਮਿਟਡ ਵਰਕਰ ਨੇ, ਉਹ ਪੰਜਾਬ ਪੰਥ ਅਤੇ ਕੌਮ ਨੂੰ ਕਮਿਟਡ ਹੈ, ਉਹਨਾਂ ਨੂੰ ਪਤਾ ਕਿ ਉਹਨਾਂ ਨੇ ਸਥਿਤੀ ਦੇ ਵਿੱਚ ਕੀ ਕਰਨਾ। ਪਾਸੇ ਫੈਸਲੇ ਦੀ ਗੱਲ ਹੋ ਗਈ, ਦੂਜੇ ਪਾਸੇ ਕੱਲ ਹੀ ਗਵਰਨਰ ਸਾਹਿਬ ਦਾ ਇੱਕ ਜਿਹੜੀ ਸਟੇਟਮੈਂਟ ਸਾਹਮਣੇ ਆਈ ਹੈ ਕਿ ਹਾਲੇ ਤੱਕ ਹਰਿਆਣਾ ਨੂੰ ਕੋਈ ਜਗ੍ਹਾ ਜਿਹੜੀ ਹੈ ਉਹ ਨਹੀਂ ਦਿੱਤੀ ਗਈ, ਉਸ ਨੂੰ ਲੈ ਕੇ ਹਰ ਪਾਰਟੀ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ। ਤੁਹਾਡੀ ਪਾਰਟੀ ਦੇ ਵੱਲੋਂ ਵੀ ਚੰਡੀਗੜ੍ਹ ਦੇ ਵਿੱਚ ਹਰਿਆਣਾ ਵਿਧਾਨ ਸਭਾ ਨੂੰ ਜਗ੍ਹਾ ਦੇਣ 'ਤੇ ਵਿਰੋਧ ਕੀਤਾ ਜਾ ਰਿਹਾ ਸੀ, ਤਾਂ ਹੁਣ ਉਸ ਚੀਜ਼ 'ਤੇ ਕੀ ਕਹੋਗੇ? ਦੇਖੋ, ਅਮਿਤ ਸ਼ਾਹ ਦੀ ਸਟੇਟਮੈਂਟ ਔਨ ਰਿਕਾਰਡ ਹੈ, ਜਦੋਂ ਨੌਰਦਰਨ ਜ਼ੋਨ ਦੀ ਮੀਟਿੰਗ ਹੁੰਦੀ ਹੈ, ਚੀਫ ਮਿਨਿਸਟਰ ਉਹ ਮੀਟਿੰਗ 'ਚ ਜਾਂਦੇ ਨੇ ਪੰਜਾਬ ਦੇ, ਉੱਥੇ ਅਮਿਤ ਸ਼ਾਹ ਦਾ ਬਿਆਨ ਆਉਂਦਾ ਨਾ ਕਿ ਹਰਿਆਣੇ ਨੂੰ ਵੱਖਰੀ ਵਿਧਾਨ ਸਭਾ ਲਈ ਚੰਡੀਗੜ੍ਹ 'ਚ ਜ਼ਮੀਨ ਦਿੱਤੀ ਜਾਊਗੀ, ਔਰ ਸਾਡੇ ਮੁੱਖ ਮੰਤਰੀ ਨਾਲ ਹੀ ਜ਼ਮੀਨ ਮੰਗ ਕੇ ਖੜ੍ਹ ਗਏ, ਕਹਿੰਦੇ ਸਾਨੂੰ ਵੀ ਦੇ ਦਿਓ। ਮੁੱਖ ਮੰਤਰੀ ਨੂੰ ਇਹ ਨਹੀਂ ਪਤਾ ਵੀ ਪੰਜਾਬ ਦਾ ਹੈ ਚੰਡੀਗੜ੍ਹ, ਚੰਡੀਗੜ੍ਹ ਪੰਜਾਬ ਦੇ 22 ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ, ਇਹਦੀ ਵਿਧਾਨ ਸਭਾ ਵੀ ਪੰਜਾਬ ਦੀ ਹੈ, ਇਹਦੀ ਹਾਈਕੋਰਟ ਵੀ ਪੰਜਾਬ ਦੀ ਹੈ। ਪਰ ਅੱਜ ਗਵਰਨਰ ਸਾਹਿਬ ਇਹ ਗੱਲ ਕਹਿ ਰਹੇ ਨੇ, ਗਵਰਨਰ ਸਾਹਿਬ ਨੂੰ ਇਹ ਵੀ ਪੁੱਛਣਾ ਚਾਹੀਦਾ ਕਿ ਭਾਈ ਉਹ ਫਿਰ ਜਿਹੜੀ NGT ਨੇ ਕਲੀਅਰੈਂਸ ਦਿੱਤੀ ਹੈ ਪੰਚਕੂਲੇ ਦੀ ਜ਼ਮੀਨ ਨੂੰ, ਉਹ ਕਿਉਂ ਦਿੱਤੀ ਹੈ? ਸੋ ਕਿਤੇ ਨਾ ਕਿਤੇ ਪਰਦੇ ਦੇ ਪਿੱਛੇ ਚੰਡੀਗੜ੍ਹ ਨੂੰ ਪਰਮਾਨੈਂਟ UT ਬਣਾਉਣ ਦੀਆਂ ਸਾਜ਼ਿਸ਼ਾਂ ਚੱਲ ਰਹੀਆਂ ਨੇ। ਅਸੀਂ ਗਵਰਨਰ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਉਹ ਚੰਡੀਗੜ੍ਹ ਦੇ ਪ੍ਰਸ਼ਾਸਕ ਬਾਅਦ ਦੇ ਵਿੱਚ ਨੇ, ਪਹਿਲਾਂ ਪੰਜਾਬ ਦੇ ਗਵਰਨਰ ਨੇ, ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰੀ ਹੀ ਉਹਨਾਂ ਦਾ ਪਹਿਲਾ ਫਰਜ਼ ਹੈ। ਸੋ ਉਹ ਇਹ ਐਸੀ ਜਿਹੜੀ ਕੋਈ ਵੀ ਡਿਮਾਂਡ ਹੈ ਹਰਿਆਣੇ ਨੂੰ ਵੱਖਰੀ ਵਿਧਾਨ ਸਭਾ ਚੰਡੀਗੜ੍ਹ 'ਚ ਜ਼ਮੀਨ ਦੇਣ ਦੀ, ਉਹਨੂੰ ਰਿਜੈਕਟ ਕਰਨ, ਨਾਲ ਤਾਂ ਪੰਚਕੂਲਾ ਉੱਥੇ ਬਣਾ ਲੈਣ, ਸਮਾਂ 'ਤੇ ਅਸੀਂ ਵੀ ਜਾਵਾਂਗੇ, ਨੀਂਹ ਪੱਥਰ ਰੱਖਣ ਹਰਿਆਣੇ ਦਾ। ਸੋ ਐਸੀ ਕੋਈ ਗੱਲ ਨਹੀਂ, ਪਰ ਚੰਡੀਗੜ੍ਹ ਦੇ ਵਿੱਚ ਹਰਿਆਣੇ ਨੂੰ 1 ਇੰਚ ਵੀ ਜ਼ਮੀਨ ਸ਼੍ਰੋਮਣੀ ਅਕਾਲੀ ਦਲ ਨੂੰ ਮਨਜ਼ੂਰ ਨਹੀਂ। ਨਾਲ ਹੀ ਇਸ ਸਮੇਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਜੋ ਅਸਤੀਫਾ ਦਿੱਤਾ ਗਿਆ ਹੈ, ਉਸਨੂੰ ਉਸ ਫੈਸਲੇ ਨੂੰ ਪੈਂਡਿੰਗ ਰੱਖ ਲਿਆ ਗਿਆ, ਇਹ ਕਿੰਨੇ ਲੰਬੇ ਸਮੇਂ ਤੱਕ ਇਹ ਫੈਸਲਾ ਇਸੇ ਤਰ੍ਹਾਂ ਪੈਂਡਿੰਗ ਰਹੇਗਾ? ਕਦੋਂ ਤੱਕ ਅਕਾਲੀ ਦਲ ਇਸ 'ਤੇ ਫੈਸਲਾ ਲੈ ਸਕਦੀ? ਨਹੀਂ, ਇਹ ਤਾਂ ਅਸੀਂ ਜਿੱਦਾਂ ਕਿਹਾ ਕਿ ਪਾਰਟੀ ਡੈਮੋਕਰੇਟਿਕ ਤਰੀਕੇ ਨਾਲ ਚੱਲਦੀ ਹੈ, ਪਾਰਟੀ ਜਿੰਨੇ ਸਾਡੇ ਜ਼ਿਲ੍ਹਾ ਜਥੇਦਾਰ ਨੇ, ਹਲਕਾ ਇੰਚਾਰਜ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਡੈਲੀਗੇਟਸ, ਸਾਰਿਆਂ ਨਾਲ ਰਾਏ ਮਸ਼ਵਰੇ ਤੋਂ ਬਾਅਦ ਇਹ 'ਤੇ ਫੈਸਲਾ ਲੈ ਲਿਆ ਜਾਏਗਾ। ਤਾਂ ਬਿਲਕੁਲ, ਇੱਕ ਪਾਸੇ ਅਕਾਲੀ ਦਲ ਦਾ ਇਹ ਫੈਸਲਾ ਹਰ ਇੱਕ ਨੂੰ ਇੰਤਜ਼ਾਰ ਸੀ, ਪਰ ਇਹ ਫੈਸਲਾ ਜਿਹੜਾ ਇਹ ਹੁਣ ਪੈਂਡਿੰਗ ਰੱਖ ਲਿਆ ਗਿਆ ਹੈ। ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਕੌਣ ਹੋਵੇਗਾ, ਕੀ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ, ਜੋ ਕਿ ਇਸ ਸਮੇਂ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਨੇ, ਉਹਨਾਂ ਨੂੰ ਹੀ ਵਾਪਸ ਚੁਣਨਗੇ, ਜਾਂ ਫਿਰ ਆਪਣੇ ਵੱਲੋਂ ਕੋਈ ਨਵਾਂ ਪ੍ਰਧਾਨ ਲਾਇਆ ਜਾਵੇਗਾ, ਜਾਂ ਫਿਰ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਜਾਵੇਗਾ? ਤਾਂ ਇਹ ਸਾਰੇ ਤਮਾਮ ਸਵਾਲ ਜਿਹੜੇ ਨੇ ਉਹ ਹਾਲੇ ਉਸੇ ਤਰ੍ਹਾਂ ਜਾਰੀ ਨੇ, ਹਾਲੇ ਤੱਕ ਜੋ ਸਿਆਸੀ ਗਲਿਆਰਿਆਂ ਚਰਚਾਵਾਂ ਚੱਲ ਰਹੀਆਂ ਸੀ ਉਹ ਵੀ ਉਸੇ ਤਰ੍ਹਾਂ ਜਾਰੀ ਨੇ, ਤਾਂ ਜਲਦ ਹੀ ਇਹ ਦੇਖਣਾ ਅਹਿਮ ਰਹੇਗਾ। ਵੀਡੀਓ ਜਰਨਲਿਸਟ ਲਾਲਤਾ ਪ੍ਰਸਾਦ ਦੇ ਨਾਲ ਮੈਂ ਇੰਦਰ ਸਿੱਧੂ, ABP ਸਾਂਝਾ, ਚੰਡੀਗੜ੍ਹ।